ਸੀ ਅਕਸਰ ਭੱਟ ਸਾਹਿਬ ਸਾਡੇ ਫੈਸਲਾਬਾਦ ਦੇ ਬਹੁਤ ਹੀ ਪਿਆਰੇ ਦੋਸਤ ਨੇ ਤੁਸੀਂ ਇਹਨਾਂ ਨੂੰ ਮੁਖਤਲਿਫ ਅਦਬੀ ਤੇ ਇਲਮੀ ਹਲਕਿਆਂ ਵਿੱਚ ਵੇਖਿਆ ਹੋਏਗਾ ਅਤੇ ਅਸੀਂ ਇਹਨਾਂ ਕੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਜਿਹੜਾ ਇਹਨਾਂ ਪੰਜਾਬੀ ਜਿਹੜੀ ਕਿ ਸਾਡੀ ਮਾਦਰੀ ਜ਼ਬਾਨ ਹੈ ਇਸ ਜ਼ਬਾਨ ਨੂੰ ਅਸੀਂ ਅੱਗੇ ਇੱਕ ਤਹਿਰੀਕ ਦੇ ਤੌਰ 'ਤੇ ਲੈ ਕੇ ਕਿਵੇਂ ਤੁਰ ਕੇ ਜਾ ਸਕਦੇ ਹਾਂ ਸ਼ੁਕਰੀਆ ਪ੍ਰੋਫੈਸਰ ਹਮੀਦ ਮੋਹਸਨ ਸਾਹਿਬ ਅੱਜ ਜਿਸ ਤਰ੍ਹਾਂ ਅਸੀਂ ਇਕੱਠੇ ਹੋਏ ਹਾਂ ਸ਼ਹਿਰ ਦੇ ਸਾਰੇ ਅਦੀਬ ਲਿਖਾਰੀ ਪ੍ਰੋਫੈਸਰ ਸੁਖਨਵਰ ਪੱਤਰਕਾਰ ਹਰ ਸਾਲ 21 ਫਰਵਰੀ ਨੂੰ ਇਸ ਮਾਂ ਬੋਲੀ ਦਿਹਾੜ ਤੇ ਇਕੱਠੇ ਹੁੰਦੇ ਹਾਂ ਤੇ ਸਾਰੇ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਹਕੂਮਤ ਨੂੰ ਚਾਹੀਦਾ ਹੈ ਸਾਡੇ ਬਾਲਾਂ ਨੂੰ ਪ੍ਰਾਇਮਰੀ ਤੋਂ ਲੈ ਕੇ ਤਿਹਾਈ ਤੱਕ ਇਹ ਪੰਜਾਬੀ ਲਾਜ਼ਮੀ ਕੀਤੀ ਜਾਏ ਕਿਉਂ ਜੇ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਮੇਰੀ ਬੋਲੀ ਹੈ ਇਹ ਆਲਣਾ ਮੈਨੂੰ ਮਾਂ ਵਰਗਾ ਇਸ ਆਲਣੇ 'ਚ ਮੈਂ ਚੁੰਝ ਖੋਲੀਏ ਔਰ ਰਲ ਕੇ ਸਾਰੇ ਇੱਕ ਵਾਰੀ ਹਕੂਮਤ ਕੋ ਮੰਗ ਕਰੀਏ ਅਤੇ ਸਾਰੇ ਲੁਕਾਈ ਨੂੰ ਸੱਦਾ ਪਾਈਏ ਵੀ ਪੰਜਾਬੀ ਜਿਹੜੀ ਚਸਦਾਰ ਮਿੱਠੀ ਸੋਹਣੀ ਸੁਨੱਖਰੀ ਜ਼ੁਬਾਨ ਹੈ ਇਹਦੇ ਸਾਡਾ ਅਦਬ ਹੈ ਇਹਦੇ ਸਾਡੀ ਸਕਾਫਤ ਹੈ ਇਹਦੇ ਸਾਡੀਆਂ ਰਸਮਾਂ ਰਿਵਾਜ਼ ਹੈ ਇਹਦੇ ਸਾਡੀਆਂ ਰੀਤਾਂ ਹੈ ਸਾਡੇ ਢੋਲੇ ਮਾਹੀਏ ਟੱਪੇ ਸਾਰੇ ਹੀ ਪੰਜਾਬੀ ਵਿੱਚ ਮਹਿਫੂਜ਼ ਨੇ ਕਿਉਂ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਜ਼ਬਾਨ ਸਿਖਾਈਏ ਅਤੇ ਜੱਗ 'ਤੇ ਇਹਦਾ ਝੰਡਾ ਲਹਿਰਾ ਦਈਏ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਹਮੀਦ ਮੋਹਸਨ ਸਾਹਿਬ ਬਹੁਤ ਸ਼ੁਕਰੀਆ